स्ट्रॉबेरी फ्लेवर ड्रिंक है जिस विटामिन बी थ्री विटामिन बी फाइव विटामिन बी सिक्स विटामिन बी वन टू ते कैफीन यह सारी आइटम इस एनर्जी ड्रिंक दे विच भाई देखो मैं ते अदे तो नहीं जे तुसीं स्ट्रिंग पीती है ना एक बार इनू जरूर पी के देखना तुहानू दोनों विच डिफरेंस क्लियर हो जाऊगा स्ट्रिंग थोड़ी जी बक बका जा टेस्ट है मीठा ज्यादा ओदे मीठा ज्यादा है जेडी मेन है एवे विच शुगर घट है ते ए साडे कोल जेडी अगली आइटम है एदे नाल मेरी बड़ी ज्यादा दुश्मनी है भाजी दा बड़ा प्यार है ए कॉफी असी एक मतलब की ये जेडी बॉटल है एदे विच एक पांच वाला जेडा पूरा पैक हुंदा है नेस्कैफे कॉफी दा ओ पाया है तुसीं हिसाब लगा सकदे हो किन्नी क कौड़ी होएगी तो भाई इधर मेरे को थर्ड आइटम है विंग्स ही ਇਹ ਭਾਜੀ ਗ੍ਰੀਨ ਐਪਲ ਗ੍ਰੀਨ ਐਪਲ ਫਲੇਵਰ ਤੇ ਇਹਦੇ ਚ ਵੀ ਸੇਮ ਹੈ ਹੀ ਜੋ ਜੋ ਇਹਦੇ ਚ ਹੈਗਾ ਉਹ ਇਹਦੇ ਚ ਹੈਗਾ ਬਾਕੀ ਫਲੇਵਰ ਦਾ ਫਰਕ ਹੈ ਤੇ ਕਿੱਦਾਂ ਆਈ ਇਹ ਪੂਰਾ ਚੈਲੰਜ ਕਰਦਾ ਉਹ ਦੇਖੋਗੇ ਤਾਂ ਇਹ ਪਤਾ ਲੱਗੇਗਾ ਅੱਜ ਅਸੀਂ ਐਕਸਪਲੇਨ ਨਹੀਂ ਕਰਾਂਗੇ ਕਰੀਏ ਫਿਰ ਵੀਡੀਓ ਨੂੰ ਸ਼ੁਰੂ ਬਿਲਕੁਲ ਤੇ ਆ ਜਾਓ ਭਾਈ ਦੇਖੋ ਪਹਿਲੀ ਗੇਮ ਸਾਡੀ ਆ ਗਈ ਹੈ ਗੇਮ ਬਾਰੇ ਮੈਨੂੰ ਖਾਸ ਪਤਾ ਨਹੀਂ ਹੈ ਗੇਮ ਸ਼ੁਰੂ ਕਰੇਗਾ ਬਲਵਿੰਦਰ ਕਿਉਂਕਿ ਸਿਲੈਕਟ ਗੇਮ ਇਹਨੇ ਜਿੱਤੀ ਹੈ ਭਾਈ ਪਹਿਲੀ ਗੇਮ ਉਹਦੀ ਬਹੁਤ ਸਾਰੀ ਜਗ੍ਹਾਵਾਂ ਤੇ ਦੇਖੀ ਹੋਣੀ ਹੈ ਬੈਲੂਨ ਫੁਲਾਣਾ ਤੇ ਗਲਾਸ ਸੁੱਟਨੇ ਆ ਜਿਹਨੂੰ ਘੱਟ ਟਾਈਮ ਲੱਗੇਗਾ ਉਹਦੀ ਵਾਰੀ ਜਿਹੜੀ ਹੈ ਉਹ ਆ ਜਾਏਗੀ ਚੂਜ਼ ਕਰਨ ਦੀ ਹਜੇ ਸਾਡਾ ਬਾਕਸ ਆਉਣਾ ਵਾ ਜਿੱਧਰੂ ਚੂਜ਼ ਕਰਨਾ ਹੈ ਜੇ ਪਤਾ ਨਹੀਂ ਜਿਹੜਾ ਜਿੱਤੇਗਾ ਉਹਨੂੰ ਵੀ ਸਹੀ ਚੀਜ਼ ਮਿਲੇਗੀ ਜਾਂ ਨਹੀਂ ਮਿਲੇਗੀ ਉਹਨੂੰ ਵੀ ਪਨਿਸ਼ਮੈਂਟ ਵਾਲੀ ਚੀਜ਼ ਮਿਲ ਸਕਦੀ ਹੈ ਕਰੀਏ ਫਿਰ ਸ਼ੁਰੂ ਭਾਜੀ ਟਾਈਮ ਇਹਨਾਂ ਨੂੰ ਦਿਖਾਓ ਬਾਈ ਟਾਈਮ ਵਾਲੇ ਫਿਲਹਾਲ ਜ਼ੀਰੋ ਅਤੇ ਆਹ ਕਰਤਾ ਜੀ ਵਨ ਟੂ ਥ੍ਰੀ ਟਾਈਮ ਸਟਾਰਟ ਉਹ ਇੱਕ ਰਹਿ ਗਿਆ ਯਾਰ ਇੱਕ ਨੇ ਮੇਰਾ ਚੋਲ ਕਰਾ ਦਿੱਤਾ ਹੈ 7 ਸੈਕਿੰਡ ਤੇ 39 ਮਿਲੀਸੈਕਿੰਡ ਯਾਰ ਇਹ ਗਲਤ ਗੱਲ ਹੋਈ ਇੱਕ ਨੇ ਕੰਮ ਖਰਾਬ ਕਰਾਇਆ ਤੇ ਦੇਖਦੇ ਹੁਣ 7.39 ਤੋਂ ਘੱਟ ਮੈਂ ਟਾਈਮ ਵਿੱਚ ਘੱਟ ਕਰ ਪਾਣਾ ਤੇ ਭਾਈ ਮੈਂ ਤੇ ਲਾਏ 7 ਸੈਕਿੰਡ 39 ਮਿਲੀਸੈਕਿੰਡ ਭਾਜੀ ਬਿਲਕੁਲ ਤੇ ਹੁਣ ਭਾਜੀ ਦੀ ਵਾਰੀ ਆਉਣ ਲੱਗੀ ਹੈ ਤੇ 1 2 ਰੁਕ ਲੈ ਯਾਰ 1 2 3 ਸਟਾਰਟ अपना बॉक्स भाई देखो मैं धोखा करने की पूरी कोशिश की मगर धोखा कर नहीं पाया इन्होंने आपे ड्रिंक्स रखी मैं आपे चूज करा तो यह आ गया जी सा अखा के बनने वाली पट्टी जिन्हों मास्क भी यही अज के टाइम पर वरतते पे मास्क के तौर पर यह पट्टी बनागा मैं तो चेंज करा फिर भाजी सिलेक्ट करे तो एलो भाजी ताकि पट्टी चज ना बन लेना धोखा नहीं करना भाई ये तो लभदा यार ये जो लभदा बिल्कुल कोई गल नहीं इन्ना नहीं पता लगेगा कोई गल नहीं आप सैट कर देना पूरा टेंशन कभी लेंदे हूँ दसो नहीं कुछ पता थोड़ी होंगे देख लो सोच लो ऐसा ही सोच लो ये भी मौका देना पे नहीं डन ना डन ना चलो खोल लो पट्टी ओ भाई ओ ए आया मैं तो खानी करना है यार ये गलत गल है यार ये ना देखो हुन मैं ट्राई करके देखता हूं वो पार ही ट्राई की तो है यार चलो करो दसो
ਬਾਈ ਵੀਟ ਐਪਲ ਗੇਮਰ ਹੁੰਦਾ ਘੋੜਾ ਆ ਉਹ ਚੀਜ਼ ਨਹੀਂ ਹੈ ਯਾਰ ਟੇਸਟ ਵਧੀਆ ਤੁਸੀਂ ਲਾਸਟ ਤੇ ਫਰੂਟ ਬੇਅਰ ਯਾਰ ਹਾਂ ਉਹ ਤੋਂ 20 ਰੁਪੀਸ ਸਿਰਫ ਪ੍ਰਾਈਸ ਤੇ ਜੇਕਰ ਤੈਨੂੰ ਖਰੀਦਣਾ ਚਾਹੁੰਦੇ ਹੋ ਲਿੰਕ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲ ਜਾਏਗਾ ਡਿਟੇਲ ਮਿਲ ਜਾਏਗਾ ਤੁਸੀਂ ਕੰਟੈਕਟ ਕਰਕੇ ਇਹਨੂੰ ਮੰਗਵਾ ਸਕਦੇ ਹੋ ਚਲੋ ਫਿਰ ਅਗਲੀ ਗੇਮ ਕਰੀਏ ਚਲੋ ਫਿਰ ਚਲੋ ਅਗਲੀ ਗੇਮ ਕਰੀਏ ਨਾ ਫਿਰ ਹਵਾ ਪੀ ਕੇ ਤਾਂ ਕਰਨੀ ਹੈ ਯਾਰ ਇਹ ਗਲਤ ਗੱਲ ਹੈ ਯਾਰ ਅਦਰਕ ਹੈ ਨਾ ਵਿੱਚ ਜਿਹੜਾ ਉੱਤੋਂ ਲੁੱਧ ਲੁੱਧ ਕੇ ਭਰੇ ਰਹੇ ਯਾਰ ਤੁਸੀਂ ਭਾਈ ਦੇਖੋ ਇਹ ਕੋਈ ਸਾਈਡ ਇਫੈਕਟ ਨਹੀਂ ਨਾ ਇਹ ਹਾਏ ਹਾਏ ਟੇਸਟੀ ਉਹ ਬਹੁਤ ਟੇਸਟੀ ਹੈ ਦੇਖੋ ਖਾਂਸੀ ਜੁਕਾਮ ਨਜ਼ਲਾ ਇਹ ਸਾਰੀ ਚੀਜ਼ਾਂ ਤੋਂ ਦੂਰ ਕਰਦਾ ਵਾ ਬਈ ਨਿੰਬੂ ਜਦੋਂ ਜੀਰਦੇ ਲੱਗੇ ਨਾ ਨਿੰਬੂ ਉਦੋਂ ਟੇਸਟ ਠੀਕ ਸੀਗਾ ਜਦੋਂ ਆ ਗਿਆ ਨਾ ਅਦਰਕ ਉਂਗਲ ਨਹੀਂ ਰੱਖਣੀ ਖਿੱਚਣ ਤੋਂ ਬਾਅਦ ਮੂੰਹ ਨਾਲ ਪਾਣੀ ਖਿੱਚਣਾ ਦੂਜੇ ਇਹਦੇ ਚ ਪਾਉਣਾ ਟਾਈਮ ਮਿਲਣਾ ਕਿੰਨਾ ਭਾਜੀ ਕਿੰਨਾ 15 ਸੈਕਿੰਡ ਚ ਜਿੰਨੇ ਜਿਆਦਾ ਪਾਣੀ ਇਸ ਗਲਾਸ ਚ ਪਾਤਾ ਉਹ ਜਿੱਤ ਗਿਆ ਦੂਜਾ ਬੰਦਾ ਭਰੇ ਦੇ ਗਲਾਸ ਚ ਸਿੰਪਲੀ ਖਾਲੀ ਗਲਾਸ ਵਿੱਚ ਰੀਫਿਲ ਹੋਏਗਾ ਉਹ ਥੋਕੇ ਚੜਨ ਵਾਲਾ ਹਿਸਾਬ ਆ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਜੀ ਸਟੋਪ ਯਾਰ ਇਹ ਗਲਤ ਗੱਲ ਹੈ ਯਾਰ ਬੜਾ ਘੱਟ ਪਾਣੀ ਬਾਈ ਤੁਹਾਨੂੰ ਤਾਂ ਵੀ 1 ਸੈਕਿੰਡ ਜ਼ਰਾ ਮਿਲ ਗਿਆ ਹੁਣ ਮੇਰੀ ਗਲਤੀ ਸੁਣਨਾ ਮੈਂ ਇੰਨਾ ਗਲਾਸ ਰੀਫਿਲ ਕੀਤਾ ਹੈ ਜਿਹਨੂੰ ਸਾਈਡ ਤੇ ਸਾਈਡ ਤੇ ਕਰ ਦੋ ਬਾਈ 15 ਸੈਕਿੰਡ ਦੇ ਵਿੱਚ ਜਿੰਨਾ ਮੈਂ ਰੀਫਿਲ ਕੀਤਾ ਫਿਰ ਉਸ ਤੋਂ ਜ਼ਿਆਦਾ ਭਾਜੀ ਨੇ ਕਰ ਲਿਆ ਤੇ ਜਿੱਤ ਗਏ ਤੇ ਐ ਨਹੀਂ ਹੋਣਾ ਮੇਰੇ ਤੋਂ 1 2 3 ਸਟਾਰਟ ਉਹੀ ਕੀ ਗੱਲ ਹੈ ਤੁਸੀਂ ਤਾਂ ਮੂੰਹ 'ਚ ਪਾਣੀ ਭਰੇ ਕਰਦੇ ਹੋ ਇਹਦੇ ਧੋਖਾ ਚਲੋ ਕੋਈ ਗੱਲ ਨੀ ਦੇਖੀ ਜਾਏਗੀ ਜੋ ਪਾਣੀ ਇਹਨੇ ਮੂੰਹ ਚ ਭਰ ਲਿਆ ਮੈਂ ਜਿੱਤ ਗਿਆ ਬਾਈ ਡਬਲ ਤੋਂ ਵੀ ਜ਼ਿਆਦਾ ਬਾਈ ਦੇਖੋ ਬਾਈ ਹਾਰ ਜਿੱਤ ਤਾਂ ਬਾਕਸ ਤੇ ਸਿਲੈਂਡਰ ਹੋਊਗਾ ਇਹ ਤਾਂ ਸਿਰਫ ਮਨੋਰੰਜਨ ਲਈ ਚੀਜ਼ਾਂ ਵਾ ਬਈ ਪਹਿਲ ਦੀ ਹੈ ਤੇ ਬਾਈ ਹੁਣ ਭਾਜੀ ਹੋਰੀ ਪਾਉਣ ਲੱਗੇ ਮਾਸਕ ਮੇਰੇ ਅੱਖਾਂ ਤੇ ਵੈਸੇ ਵੀ ਐਨਕ ਲੱਗੇ ਦੀ ਹੈ ਐਨਕ ਹੀ ਤਾਰ ਤੋਂ ਨਹੀਂ ਲੱਗਣਾ ਭਾਜੀ ਕਿੱਥੇ ਲੱਭਦਾ ਦੀ ਕਹਿੰਦੇ ਲੱਭਦਾ ਨਹੀਂ ਲੱਭ ਜਾਂਦਾ ਤੂੰ ਝੂਠ ਬੋਲਦਾ ਵਾ ਅੱਛਾ ਅੱਜ ਤੇ ਤੁਸੀਂ ਜਦੋਂ ਪਹਿਲੇ ਕੀਤਾ ਯਾਰੀ ਯਾਰ ਇੱਕ ਵਾਰੀ ਇਹ ਕਿਵੇਂ ਗੇਮ ਹੋਈ ਸਾਡੇ ਨਾਲ ਚੋਕਲੇਟ ਜਿਲੇ ਖਾਧੀ ਸੀਗੀ ਚੋਕਲੇਟ ਤੇ ਮਿਰਚਾਂ ਹੀ ਸਾਡੀ ਅੱਖਾਂ ਐਰੇ ਮੈਂ ਪੂਰਾ ਕਵਰ ਕਰੇ ਕਰਦਾ ਭਾਜੀ ਟੈਨਸ਼ਨ ਨਾ ਲਓ ਮੈਂ ਅੱਦਾ ਕਰਾਂਗਾ ਮੈਨੂੰ ਲੱਭੇ ਨਾ ਹਲੋ ਮੈਂ ਅੱਖਾਂ ਵੀ ਬੰਦ ਕਰ ਲਈਆਂ ਤੇ ਭਾਈ ਜਿਹਦੀ ਮਰਜ਼ੀ ਸੌਂ ਪਵਾ ਲਓ ਚਾਹੇ ਹੁਣ ਸਾਡੇ ਕੋਲ ਜਿਹੜੀ ਆਈਟਮਾਂ ਵਾ ਇੱਕ ਹੈ ਜੀ ਆਲੂ ਬੰਬ ਦੂਜਾ ਹੈ ਜੀ ਫੋਕੀ ਬੰਬ ਹਾਂ ਦੂਜਾ ਆਲੂ ਦਾ ਪਰਾਂਠਾ ਠੀਕ ਹੈ ਜੀ ਇੱਕ ਹੈ ਕੌਫੀ ਤੇ ਦੂਜੀ ਹੈ ਜੀ ਐਨਰਜੀ ਸਟ੍ਰਿੰਗ ਵਿੰਗਸ ਦੀ ਸਟ੍ਰਿੰਗ ਤੇ ਆਵਰਾ ਘਟਾਵਰਾ ਕਰਕੇ ਤੇ ਫਿਰ ਉੱਦਾਂ ਹੀ ਤੇ ਫਿਰ ਉੱਦਾਂ ਹੀ ਮੈਂ ਕੱਲੂ ਚਾਹੀਦਾ ਮੰਤਰ ਮਾਰਾਂ ਫਿਰ ਤੇ ਕਰ ਸਕਦੇ ਤੁਸੀਂ ਸ਼ੁਰੂ ਯਾਰ ਇਹ ਤੇ ਧੋਖਾ ਹੋ ਜਾਣਾ ਮੇਰੇ ਨਾਲ ਅੱਛਾ ਬਾਈ ਖੇ ਲੈ ਰਿਹਾ ਤੱਕ ਤੱਕ ਮੈਨੂੰ ਹੋ ਰਿਹਾ ਤੁਸੀਂ ਜਿਹੜਾ ਚੂਜ਼ ਕੀਤਾ ਸੀ ਮੈਂ ਉਹੀ ਕਰਾਂਗਾ ਮੈਂ ਇਹੀ ਲੈਫਟ ਰਾਈਟ ਹੈਂਡ ਸਾਈਡ ਵਾਲਾ ਹੀ ਦੇਖ ਲੈ ਇਹੀ ਠੀਕ ਹੈ ਰਾਈਟ ਹੈਂਡ ਸਾਈਡ ਵਾਲਾ ਹੀ ਤਾਰ ਮੈਨੂੰ ਫਟਾਫਟ ਧੋਖਾ ਕੀਤਾ ਜਾ ਸਕਦਾ ਰਾਈਟ ਹੈਂਡ ਸਾਈਡ ਦੇ ਕੀ ਹੈ ਪਹਿਲੇ ਮੈਂ ਇਹ ਪੀ ਲੈਣਾ ਫਿਰ ਤੁਸੀਂ ਧੋਖਾ ਨੀ ਕਰਨਾ ਤੇਰੀ ਵਾਲੀ ਸਾਈਡ ਆਇਆ ਸੀਗਾ ਯਾਰ ਬੜੀ ਗਲਤ ਗੱਲ ਕਰਨ ਲੱਗੇ ਸੀ ਤੇ ਚਲੋ ਪਹਿਲੇ ਤੁਸੀਂ ਇਹ ਪੀ ਕੇ ਦੱਸੋ ਫਿਰ ਮੈਂ ਦੱਸ ਦਿੰਦਾ ਮਜ਼ੇ ਲਈ ਡਰਿੰਕ ਲੱਗੀ ਕਰਦੀ ਮਿਲਣ
ਬਈ ਮੇਰੇ ਕੋਲ ਸਟ੍ਰਾਬੇਰੀ ਫਲੇਵਰ ਇੰਨੀ ਕੌੜੀ ਸੀ ਨਾ ਅਤੇ ਮੈਨੂੰ ਹੁਣ ਸ਼ੱਕ ਪੈ ਰਿਹਾ ਕਿਤੇ ਸੋਇਆ ਸੋਸ ਮੇਰੇ ਵਾਲੇ ਪਾਸੇ ਨਾ ਆਈ ਅਤੇ ਮੈਂ ਬਈ ਇਹ ਪੀਂਦੇ ਹਾਂ ਹੁਣ ਤੁਸੀਂ ਦੱਸਦੇ ਵੈਸੇ ਤੁਹਾਨੂੰ ਮਿੱਠਾ ਇਹ 'ਚ ਕਿੰਨਾ ਕੁ ਬਈ ਸੀਰੀਅਸਲੀ ਕਹਿੰਦਾ ਪਿਆ ਇਹ 'ਚ ਮਿੱਠੇ ਦੀ ਕੁਆਂਟਿਟੀ ਬਹੁਤ ਘੱਟ ਹੈਗੀ ਸੱਚਾਈ ਵਿੱਚ ਬਾਈ ਮੈਂ ਤੁਹਾਨੂੰ ਤਾਂ ਹੀ ਕਿਹਾ ਤੁਸੀਂ ਸਟਿੰਗ ਨਾਲ ਕੰਪੈਰੀਜ਼ਨ ਕਰ ਸਕਦੇ ਸਟਿੰਗ ਤੋਂ ਬਹੁਤ ਜ਼ਿਆਦਾ ਵਧੀਆ ਜੇ ਤੁਸੀਂ ਸਟਿੰਗ ਪੀਂਦੇ ਹੋ ਨਾ ਮੈਂ ਤੁਹਾਨੂੰ ਕਹਿ ਰਿਹਾ ਸਟਿੰਗ ਇੰਨੀ ਮਿੱਠੀ ਹੈ ਨਾ ਇਹਦੀ ਕੀ ਉਹ ਚੀਜ਼ ਨਹੀਂ ਹੈ ਇਹ ਇਹ ਸੱਚਾਈ ਵਿੱਚ ਜਿਹੜੀ ਹੈ ਨਾ 20 ਰੁਪਏ ਦੇ ਹਿਸਾਬ ਨਾਲ ਟੇਸਟ ਵੀ ਵਧੀਆ ਅਗਰ ਤੁਹਾਨੂੰ ਐਨਰਜੀ ਡਰਿੰਕਸ ਇੱਦਾਂ ਦੀ ਡਰਿੰਕਸ ਪਸੰਦ ਹੈਗੀਆਂ ਪਹਿਲੀ ਗੱਲ ਬਿਲਕੁਲ ਜੇ ਤੁਸੀਂ ਕੋਲਡ ਡਰਿੰਕ ਨਾਲ ਕੰਪੇਅਰ ਕਰੋ ਫਿਰ ਨਹੀਂ ਜੇ ਤੁਹਾਨੂੰ ਇੱਦਾਂ ਦੀ ਡਰਿੰਕਸ ਪਸੰਦ ਹੈ ਤਾਂ ਫਿਜ਼ੀ ਵੀ ਵਧੀਆ ਔਰ ਮਿੱਠਾ ਵੀ ਘੱਟ ਹੈ ਬਿਲਕੁਲ ਹੁਣ ਅਗਲੀ ਟਰਾਈ ਕਰੀਏ ਆਇਓ ਅਗਲੀ ਗੇਮ 'ਤੇ ਤਾਂ ਬਾਈ ਕਾਫੀ ਉਲਝਣ ਉਲਝਾਉਣ ਤੋਂ ਬਾਅਦ ਥਰਡ ਰਾਊਂਡ ਨੂੰ ਗੇਮ ਸਮਝ ਨਹੀਂ ਆ ਰਹੀ ਸੀਗੀ ਬਿਲਕੁਲ ਅਸੀਂ ਥਰਡ ਰਾਊਂਡ 'ਚ ਬਿਲਕੁਲ ਸਿੰਪਲ ਗੇਮ ਰੌਕ ਪੇਪਰ ਸੀਜ਼ਰ ਜੇ ਬਾਈ ਕਦੀ ਨਹੀਂ ਖੇਲੀ ਹੈਗੀ ਪਤਾ ਨਹੀਂ ਲੋਕੀ ਕੀ ਖੇਲਦੇ ਆ ਅਸੀਂ ਤਾਂ ਹੁਣ ਸਮਝੀਏ ਰੌਕ ਪੇਪਰ ਸੀਜ਼ਰ ਸ਼ੁਰੂ ਹੁੰਦਾ ਬਿਲਕੁਲ ਚਲੋ ਆ ਜਾਓ ਫਿਰ ਤੇ ਰੌਕ ਪੇਪਰ ਸੀਜ਼ਰ ਸ਼ੂਟ ਦੋਨਾਂ ਦਾ ਰੌਕ ਆਇਆ ਰੌਕ ਪੇਪਰ ਸੀਜ਼ਰ ਸ਼ੂਟ ਰੌਕ ਪੇਪਰ ਸੀਜ਼ਰ ਸ਼ੂਟ ਜਿੱਤ ਕੇ ਵੀ ਬੰਦਾ ਹਾਰ ਜਾਂਦਾ ਨਹੀਂ ਨਹੀਂ ਇਹ ਪੱਟੀ ਹੈ ਧੋਖਾ ਹੀ ਹੈ ਮੈਨੂੰ ਵਿਸ਼ਵਾਸ ਹੈ ਨੀ ਯਾਰ ਤੇ ਹਾਂ ਕੋਈ ਨਾ ਮੈਂ ਅੱਖਾਂ ਬੰਦ ਰੱਖੀ ਦੀਆਂ ਤਾਂ ਵੀ ਮੈਂ ਧੋਖਾ ਨਹੀਂ ਕੀਤਾ ਬਾਈ ਹੁਣ ਰੱਖੀ ਯਾਰ ਵੈਸੇ ਵੀ ਬਾਕਸ ਹੈ ਯਾਰ ਬਾਕਸ ਦੇ ਥੱਲੇ ਕੀ ਲੱਭਣਾ ਵੇ ਅਸਲਾ ਅਸੀਂ ਤੇ ਸਿਰਫ ਐਵੇਂ ਹੀ ਮਾਸਕ ਤਾਂ ਪਾਉਂਦੇ ਹਾਂ ਕਿ ਹੋਰ ਜਦ ਤੇ ਮੈਨੂੰ ਡਰ ਹੈ ਯਾਰ ਮੈਨੂੰ ਐਨਰਜੀ ਡਰਿੰਕ ਆ ਜਾਏ ਯਾਰ ਮੈਂ ਬਹੁਤ ਟਾਈਮ ਹੋ ਗਿਆ ਮੈਨੂੰ ਕੋਈ ਐਨਰਜੀ ਡਰਿੰਕ ਪੀਤੇ ਤੈਨੂੰ ਬਾਈ ਹਲੇ ਤੂੰ ਕੱਲ੍ਹ ਪੀਤੀ ਰਾਤੀ ਟਾਈਮ ਤੇ ਹੋ ਗਿਆ ਨਾ ਦੇਖੋ ਨਾ ਕਿੰਨਾ ਟਾਈਮ ਹੋ ਗਿਆ ਸਵੇਰ ਦੇ ਹੁਣ ਦੁਪਹਿਰ ਦੇ 1 ਵਜੇ ਕਿੰਨਾ ਟਾਈਮ ਹੋ ਗਿਆ ਪੀਤੇ ਤੇ ਬਿਲਕੁਲ ਚਲੋ ਬਾਈ ਕਰਦਾ ਚੂਜ਼ ਫਿਰ ਬਿਲਕੁਲ ਪਾਣਾ ਕੱਲੂ ਚਾਹੀਦਾ ਮੰਤਰ ਬਿਲਕੁਲ ਫਿਰ ਤੋਂ ਇਹੀ ਵਾਲਾ ਪਾਸਾ ਆਏਗਾ ਦੇਖ ਲੈ ਇਹੀ ਵਾਲਾ ਪਾਸਾ ਕਹਿਤਾ ਇਹਨੇ ਚੈੱਕ ਕਰ ਲਿਆ ਮੈਂ ਨਹੀਂ ਚੈੱਕ ਅਨੇ ਤੇ ਕਸਮ ਲੱਗੇ ਇਹਨੇ ਮੈਂ ਅੱਖਾਂ ਬੰਦ ਰੱਖੀਆਂ ਸੀ ਵੈਸੇ ਵੀ ਬਾਕਸ 'ਚ ਨਹੀਂ ਦਿਖਦਾ ਕਸਮ ਲੱਗੇ ਮੈਂ ਨਹੀਂ ਦੇਖਿਆ ਓ ਯਾਰ ਮੇਰੇ ਕੋਲ ਐਨਰਜੀ ਡਰਿੰਕ ਆ ਗਈ ਬਈ ਇਹ ਜ਼ਹਿਰ ਇਸ ਐਨਰਜੀ ਦੇ ਡਰਿੰਕ ਦੇ ਵਿੱਚ 75% ਕੈਫੀਨ ਹੈ ਐਨਰਜੀ ਨਿਊਟ੍ਰੀਐਂਟਸ ਵੀ ਬੜੇ ਹੈਗੇ ਵਿਟਾਮਿਨ B6 ਵਗੈਰਾ ਬਹੁਤ ਕੁਝ ਹੈਗਾ ਇਹਦੇ ਵਿੱਚ ਤੇ ਬਾਈ ਇਹਦੇ ਵਿੱਚ ਹੈ ਹੀ ਕੈਫੀਨ ਹੈ ਇਹ 75 mg ਕੈਫੀਨ ਹੈ ਭਾਜੀ ਇਹ ਸੁਬਹ ਹੋਇਆ ਸੌਸ ਇਹ ਹੈ ਕੈਫੀਨ ਹੈ ਮੈਂ ਸੋਚ ਰਿਹਾ ਪੀਆ ਰਹਿਣ ਦੇ ਇਹਨੂੰ ਛੱਡ ਪਰ ਆ ਪੀਓ ਪੀਓ ਬਾਕਸ ਨੂੰ ਸਾਈਡ ਤੇ ਕਰ ਦਿੰਦੇ ਆ ਪਹਿਲੇ ਤੁਸੀਂ ਪੀਓ ਇਹਨੂੰ ਕੈਫੀਨ ਨੂੰ ਪੀਓ ਉਹ ਕੈਫੀਨ ਮੂੰਹੋਂ ਨਿਕਲੇ ਕਰਦਾ ਦੇਖੋ ਕਿੰਨਾ ਚਾਹ ਚੜ ਗਿਆ ਐਕਚੁਅਲੀ ਨਾਨ ਮੈਂ ਰੋ ਪੂਰੀ ਜਿੱਦਾਂ ਐਸਿਡਿਟੀ ਸੀ ਪੂਰੀ ਪੀ ਲਓ ਨਹੀਂ ਨਹੀਂ ਇਹ ਨਹੀਂ ਪੀਤੀ ਜਾ ਸਕਦੀ ਪੂਰੀ ਪੀ ਲਓ ਯਾਰ ਤਾਂ ਕੀ ਹੋ ਗਿਆ ਅੱਛਾ ਨੂਡਲਸ 'ਚ ਪਾ ਕੇ ਤਾਂ ਬੜੀ ਚਾਹ ਨਾ ਖਾਧੀ ਜਾਂਦੀ ਹੈ ਨੂਡਲ ਵਿੱਚ ਪੈਂਦੀ ਹੈ ਥੋੜ੍ਹੀ ਜਿਹੀ ਡਰੋਪਸ ਹਾਰਡਲੀ ਅੱਧਾ ਪੌਣਾ ਚਮਚ ਅਤੇ ਅੱਧਾ ਪੌਣਾ ਚਮਚ ਹੀ ਪੀ ਲਓ ਨਾਲੇ ਪੀਣਾ ਕਹਿੰਦੇ ਕੱਚਾ ਪੀਣਾ ਵੱਡੇ ਨੂਡਲਸ ਫਿਰ ਨੂਡਲ ਖਾ ਲਈਏ ਨੂਡਲ ਬਣ ਜਾਣੇ ਇੱਕ ਹੋਰ ਘੁੱਟ ਮਾਰੋ ਯਾਰ ਇਹ ਕੀ ਹੈ ਉਹ ਬਾਈ ਬਈ ਇਹ ਹੈ ਬਲੈਕ ਹੋਲ ਐਨਰਜੀ ਡਰਿੰਕ ਸੇਮ ਕੰਪਨੀ ਦੀ ਹੈ ਅਤੇ ਸਭ ਤੋਂ ਵੱਡੀ ਗੱਲ FSSAI ਦੇ ਨਾਲ ਅਪਰੂਵਡ ਹੈ ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੀ ਕੋਸਟ ਕਿੰਨੀ ਹੈ ਵੈਸੇ ਦੇਖੀਏ ਇਹਦੇ ਯਾਰ 60 rupees ਕੋਸਟ ਹੈ 60 rupees ਦਾ ਕਹਿਣ ਇੱਕ ਐਨਰਜੀ ਡਰਿੰਕ ਦਾ ਮਾੜਾ ਨਹੀਂ ਹੈ 100 rupees ਤੋਂ ਘੱਟ ਕੋਈ ਵਧੀਆ ਐਨਰਜੀ ਡਰਿੰਕ ਨਹੀਂ ਮਿਲਦੀ ਬਾਕੀ ਇਹਦਾ ਟੇਸਟ ਹੀ ਬਾਈ ਉਹ ਵੀ ਗਰੰਟੀ ਨਹੀਂ ਹੈ ਕਿ ਸਹੀ ਹੋਏਗਾ ਕਿ ਨਹੀਂ ਹਾਂ ਬਿਲਕੁਲ ਜਿਹੜੀ FSSAI ਤੋਂ ਅਪਰੂਵਡ ਹੈ ਨਾ ਨੈਚੁਰਲੀ ਉਹ ਵਧੀਆ ਹੋਏਗੀ ਬਿਲਕੁਲ ਬਿਲਕੁਲ ਹੁਣ ਪੀ ਕੇ ਦੇਖਦੇ ਹਾਂ ਭਾਜੀ ਨਹੀਂ ਮੈਂ ਸੋਇਆ ਸੌਸ ਲਿਆਵਾਂ ਉਹ ਅਜੇ ਵੀ ਹੈਗਾ ਅਜੇ ਨੂੰ ਤਾਂ ਅਦਰਕ ਬੁਲਾਉਣਾ ਬਾਈ ਬਾਈ ਮੈਂ ਟੂ ਵੀ ਫਰੈਂਕਲੀ ਕਹੂੰਗਾ ਜਿਵੇਂ ਮੈਂ ਰਾਤੀ ਨੂੰ ਟਰਾਈ ਕੀਤਾ ਨਾ ਜਦੋਂ ਆਪਣੇ ਕੋਲ ਕੈਨ ਆਏ ਹੈ ਮੈਂ ਤਾਂ ਨਹੀਂ ਕਹਾਂ ਮੈਨੂੰ ਬੂਸਟ ਅਪ ਕਰਤਾ ਲੇਕਿਨ ਮੇਰੇ ਅੰਦਰ ਆਇਆ ਮੈਨੂੰ ਠੰਡ ਇੰਨੀ ਕੁ ਪਾਤੀ ਸੀ ਨਾ ਬਈ ਐਨਰਜੀ ਡਰਿੰਕਸ ਅਗਰ ਤੁਹਾਨੂੰ ਪੀਣੀਆਂ ਪਸੰਦ ਹੈ ਬਿਲਕੁਲ ਕਈਆਂ ਨੂੰ ਤਾਂ ਲੱਗਦੀ ਆ ਖੰਘ ਵਾਲੀ ਦਵਾਈ ਬਈ ਦੇਖੋ ਹਰ ਇੱਕ ਨਹੀਂ ਇੱਕ ਅੱਧੀ ਵਾਰੀ ਪੀਓਗੇ ਜਿਹੜੇ ਅਡਿਕਸ਼ਨ ਹੋ ਜਾਂਦੀ ਨਾ ਇਹਦੀ ਇੱਕ ਦੋ ਵਾਰੀ ਪੀ ਜਾਂ ਫਿਰ ਟੇਸਟ ਪੈ ਜਾਂਦਾ ਫਿਰ ਹੀ ਸਵਾਦ ਲੱਗਦੀ ਇਹ ਚੀਜ਼ ਸੱਚਾਈ ਵਿੱਚ ਅੱਛੀ ਹੈ ਔਰ ਮੈਂ ਕਹਿੰਦਾ ਇੱਕ ਵਾਰੀ ਇਹਨੂੰ ਮੌਕਾ ਜ਼ਰੂਰ ਦਿੱਤਾ ਜਾਏ ਬਾਕੀ ਐਨਰਜੀ ਡਰਿੰਕਸ ਵੀ ਅੱਛੀਆਂ ਹੁੰਦੀਆਂ ਪਰ ਇਹਨੂੰ ਇੱਕ ਵਾਰੀ ਤੁਸੀਂ ਚਾਂਸ ਦੇ ਕੇ ਦੇਖੋ ਪੀਓਗੇ ਤਾਂ ਪਤਾ ਲੱਗੇਗਾ ਕਿ ਚੀਜ਼ ਜਿਹੜੀ ਹੈ ਸੱਚਾਈ ਵਿੱਚ ਬੜੀ ਵਧੀਆ
और अगर तुम इन कोई भी प्रोडक्ट जो खरीदना चाहते हो डिस्क्रिप्शन के मैं कॉन्टैक्ट सारा डिटेल जी है वह तुम दे दाँगा उधर मंगवा सकते हो तो वीडियो करिए फिर एंड बिल्कुल तो वीडियो ज़्यादा लंबी ना हो जाए इस करके वीडियो में एंड करते हैं तो जे तुम साड़ी अज की वीडियो वधिया लगी है वीडियो कर लाइक कर दो चैनल में कर दो सबसक्राइब तो वध तो वध कर दो शेयर तो यार एक चीज़ वैल्यूएबल फीडबैक देना कमेंट में ना भूलिया करो सानू तुहाडे कमेंट्स नाल बड़ी मोटिवेशन मिलती है वधिया वधिया कमेंट जरूर करते रहा करो तो मिलते हैं तुम फिर किसी अगली वधिया जी वीडियो स्टिल दैन बाय बाय।